a South Asian Canadian channel. ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਮੋਹਿਤ ਗੁਪਤਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਦੇ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਭਲਾਈ ਨੀਤੀਆਂ ਦੇ ਨਾਲ ਨਾਲ ਇਹਨਾਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਬਾਰੇ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਪਣੀਆਂ ਨੀਤੀਆਂ ਵਿੱਚ ਹਰ ਵਰਗ ਦਾ ਖਿਆਲ ਰੱਖਿਆ ਅਤੇ ਭਵਿੱਖ ਵਿੱਚ ਵੀ ਇਹਨਾਂ ਭਲਾਈ ਨੀਤੀਆਂ ਦਾ ਪਾਲਣਾ ਕਰਦਾ ਰਹੇਗਾ। ਇਸ ਮੀਟਿੰਗ ਦੇ ਨਾਲ ਹੀ ਅਨਿਲ ਜੋਸ਼ੀ ਅਤੇ ਮੋਹਿਤ ਗੁਪਤਾ ਨੇ ਵੀ ਵਪਾਰ ਵਰਗ ਦੇ ਨਾਲ ਆਯੋਜਿਤ ਮੀਟਿੰਗ ਵਿੱਚ ਹਿੱਸਾ ਲਿਆ। ਇਸ ਵਿੱਚ ਅਨਿਲ ਜੋਸ਼ੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਪਾਰੀ ਵਰਗ ਦੇ ਨਾਲ ਰਿਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਪਾਰ ਪੱਖੀ ਨੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ ਵਪਾਰੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਹੱਲ ਹੋ ਜਾਣਗੀਆਂ। ਅਨਿਲ ਜੋਸ਼ੀ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨ ਨੂੰ ਵੀ ਸਮਝਣ ਵਿੱਚ ਅਸਫਲ ਰਹੀ ਹੈ ਅਤੇ ਅਸਫਲਤਾ ਕਾਰਨ ਪਾਰਟੀ ਦਾ ਹਰ ਥਾਂ ਵਿਰੋਧ ਕੀਤਾ ਜਾ ਰਿਹਾ ਹੈ। ਮੋਹਿਤ ਗੁਪਤਾ ਨੇ ਕਿਹਾ ਕਿ ਤਾਲਾਬੰਦੀ ਨੇ ਵਪਾਰੀ ਵਰਗ ਦੀ ਕਮਰ ਤੋੜ ਦਿੱਤੀ ਹੈ। ਇਸ ਸਮੇਂ ਵਪਾਰੀ ਵਰਗ ਲਈ ਰਾਹਤ ਦੀ ਉਮੀਦ ਹੈ, ਪਰ ਰਾਹਤ ਦੀ ਬਜਾਏ ਕਾਂਗਰਸ ਸਰਕਾਰ ਵਪਾਰੀਆਂ ਦੀ ਤਬਾਹੀ ਤੇ ਬੋਝ ਪਾ ਰਹੀ ਹੈ। ਤੇ ਜੋ ਪਿੱਛੇ ਕਾਰਨ ਸੀ ਉਹਦੇ 'ਚ ਇਹੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਤੇ ਵਾਜਪਾਈ ਸਾਹਿਬ ਦੀ ਜਿਹੜੀ ਸੋਚ ਸੀ ਪੰਜਾਬ ਬਾਰੇ, ਪੰਜਾਬ ਦੇ 9 ਮਾਸ ਦੇ ਰਿਸ਼ਤੇ ਦੀ, ਉਹ ਇਹਨਾਂ ਨੇ ਪ੍ਰਥਾ ਸ਼ੁਰੂ ਕੀਤੀ ਸੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅਤੇ BJP ਦਾ ਸਮਝੌਤਾ ਕਰਕੇ ਮੁੱਦਿਆਂ 'ਤੇ, ਕਿਸਾਨੀ ਅੰਦੋਲਨ ਕਰਕੇ ਸਮਝੌਤਾ ਟੁੱਟ ਗਿਆ। ਪਰ ਪੰਜਾਬ ਦੇ ਵਿੱਚ ਸ਼ਾਂਤੀ ਦੇ, ਹਿੰਦੂ ਸਿੱਖ ਦੇ 9 ਮਾਸ ਦੇ ਰਿਸ਼ਤੇ ਦੇ, ਏਕਤਾ ਭਾਈਚਾਰੇ ਦੇ ਝੰਡਾ ਬਰਦਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੀ ਗੱਲ ਰੱਖਣ ਕਰਕੇ ਅਸੀਂ ਸਾਰੇ, ਜੋ ਪਾਰਟੀ 'ਚੋਂ ਕੁਛ ਮੈਨੂੰ ਪਾਰਟੀ 'ਚੋਂ ਕੱਢਿਆ ਗਿਆ, ਬਾਕੀ ਸਾਥੀ ਜਿਹੜੇ ਆ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ, ਸਭ ਨੇ ਪੰਜਾਬ ਦੀ ਗੱਲ ਕੀਤੀ, ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ। ਅਤੇ ਜੋ ਸੋਚ ਸੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਦੀ ਉਹ ਇਹੀ ਸੀ, ਪੰਜਾਬ ਦੇ ਵਿੱਚ 9 ਮਾਸ ਦੇ ਰਿਸ਼ਤੇ ਨੂੰ ਬਰਕਰਾਰ ਰੱਖਣਾ, ਹਿੰਦੂ ਸਿੱਖ ਭਾਈਚਾਰੇ ਨੂੰ ਬਰਕਰਾਰ ਰੱਖਣਾ, ਪੰਜਾਬ ਦੀ ਸ਼ਾਂਤੀ ਦੇ ਵਿੱਚ ਕੋਈ ਦਰਾਰ ਨਾ ਆਵੇ, ਕੋਈ ਇਹਨੂੰ ਨਜ਼ਰ ਨਾ ਲੱਗੇ, ਇਸ ਕਰਕੇ ਅਸੀਂ ਇਸ ਪਰਿਵਾਰ 'ਚ ਆਏ। ਸੈਕਿੰਡ, ਦੂਸਰਾ ਇਹ ਵੀ ਸਾਨੂੰ ਲੱਗਦਾ ਵਾ ਕਦੀ ਸਾਨੂੰ ਉੱਪਰਾਪਨ ਲੱਗਾ ਨਹੀਂ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਕਿਉਂਕਿ ਮੈਂ MLA ਰਿਹਾ ਵਾਂ, ਮਿਨਿਸਟਰ ਰਿਹਾ ਵਾਂ 5 ਸਾਲ, ਜਦੋਂ MLA ਸੀ 2007 ਤੋਂ 2012 ਤੱਕ ਅਸੀਂ ਇਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ ਦੇ ਨਾਲ ਵਿਧਾਨ ਸਭਾ 'ਚ ਬੈਠਦੇ ਰਹੇ ਹਾਂ, ਕਮੇਟੀਆਂ 'ਚ ਬੈਠਦੇ ਰਹੇ ਹਾਂ, ਮੀਟਿੰਗਾਂ 'ਚ ਬੈਠਦੇ ਰਹੇ ਹਾਂ, ਬਾਦਲ ਸਾਹਿਬ ਦੇ ਕੋਲ ਕੰਮਾਂ ਵਾਸਤੇ ਬੈਠਦੇ ਰਹੇ ਹਾਂ, ਸੁਖਬੀਰ ਜੀ ਦੇ ਨਾਲ ਜਿਹੜਾ ਡਿਵੈਲਪਮੈਂਟ ਦੀਆਂ ਗੱਲਾਂ ਵਾਸਤੇ ਬੈਠਦੇ ਰਹੇ ਹਾਂ, ਜੋ ਮੈਂ ਮਿਨਿਸਟਰ ਰਿਹਾ ਅਤੇ ਕੈਬਨਿਟ ਦੇ ਵਿੱਚ ਵੀ ਉਹਨਾਂ ਸਾਥੀਆਂ ਨਾਲ ਬੈਠਦੇ ਰਹੇ ਹਾਂ। ਇਸ ਕਰਕੇ ਇਹ ਕੋਈ ਫਰਕ ਨਹੀਂ ਲੱਗਾ, ਪਹਿਲਾਂ ਅਸੀਂ ਸਮਝੌਤੇ ਸੀਗੇ, ਐਰਕੀ ਅਸੀਂ ਇਸ ਪਰਿਵਾਰ ਦੇ ਵਿੱਚ ਹਾਂ, ਅਤੇ ਮੁੱਦਾ ਇੱਕੋ ਹੀ ਆ, ਪ੍ਰਾਇਓਰਿਟੀ ਅੱਜ ਵੀ ਜਿਹੜੀ ਗੱਲ ਬਾਦਲ ਸਾਹਿਬ ਨਾਲ ਹੋਈ ਆ ਉਹੀ ਆ, ਉਹਨਾਂ ਨੇ ਅੱਜ ਵੀ ਇਹੋ ਹੀ ਗੱਲ ਜਿਹੜੀ ਆ ਪ੍ਰਾਇਓਰਿਟੀ ਦੇ ਉੱਤੇ ਕਹੀ ਆ ਵੀ ਪੰਜਾਬ ਦੇ ਵਿੱਚ ਸ਼ਾਂਤੀ ਜਿਹੜੀ ਆ ਜਾਂ ਇਹ ਭਾਈਚਾਰਾ ਵਾ ਜਿਹੜਾ ਵਾ ਇਹ ਮੈਰਿਟ ਆ, ਉਸ ਤੋਂ ਬਾਅਦ ਬਾਕੀ ਆ। ਜੇ ਸ਼ਾਂਤੀ ਭਾਈਚਾਰਾ ਰਹਿੰਦਾ, ਜੇ ਸਾਡਾ ਇਹ ਪੰਜਾਬ ਜਿਹੜਾ ਵਾ ਇਸੇ ਤਰ੍ਹਾਂ ਹੀ ਹੱਸਦਾ ਖੇਡਦਾ ਰਲ ਮਿਲ ਕੇ ਰਹਿੰਦਾ ਤਾਂ ਫਿਰ ਵਾਤਾਵਰਨ ਬਣਦਾ ਇੰਡਸਟਰੀ ਦਾ, ਟ੍ਰੇਡ ਦਾ, ਬਾਕੀ ਸਾਰਾ ਵਪਾਰ ਦਾ, ਅਤੇ ਇਹ ਜ਼ਰੂਰੀ ਆ। ਇਸ ਕਰਕੇ ਅੱਜ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ। ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ, ਥੋੜ੍ਹਾ ਜਿਹਾ ਢਿੱਲੇ ਸੀ, ਇਹ ਡਾਕਟਰ ਦੇ ਕੋਲੋਂ ਚੈੱਕਅਪ ਵਾਸਤੇ ਚੰਡੀਗੜ੍ਹ ਗਿਆ ਸੀ, ਇਸ ਕਰਕੇ ਅਸੀਂ ਤਕਰੀਬਨ 18 ਦਿਨ ਹੋਏ ਆ ਸਾਨੂੰ ਸ਼ਾਮਿਲ ਹੋਇਆ ਨੂੰ, ਅਤੇ ਅਸੀਂ ਅੱਜ ਇੱਥੇ ਬਾਦਲ ਪਿੰਡ ਉਹਨਾਂ ਕੋਲ ਆਸ਼ੀਰਵਾਦ ਲਿਆ, ਸਭ ਨੇ ਆ ਕੇ, ਸਾਥੀਆਂ ਨੇ, ਕੁਛ ਇੱਕ ਦੋ ਸਾਥੀ ਨਹੀਂ ਆ ਪਾਏ, ਬਾਕੀ ਸਾਰੇ ਇੱਥੇ ਹਾਜ਼ਰ ਆ। ਕੌਣ ਕੌਣ ਤੁਹਾਡੇ ਨਾਲ ਹੈਗੇ ਨੇ? ਮੇਰੇ ਨਾਲ ਇੱਕ ਤਾਂ ਮੋਹਿਤ ਜੀ ਆ ਤੁਹਾਡੇ ਸਾਹਮਣੇ ਆ, ਕਮਲ ਚੇਟਲੀ ਜੀ ਆ, RD ਸ਼ਰਮਾ ਜੀ ਆ, ਭੁੱਲਰ ਸਾਹਿਬ ਆ, ਸੁਰਿੰਦਰ ਸ਼ਿੰਦੀ ਜੀ ਫਤਿਹਗੜ੍ਹ ਚੂੜੀਆਂ ਤੋਂ, ਰਾਜਕੁਮਾਰ ਗੁਪਤਾ ਜੀ ਆ ਆਪਣਾ ਪਠਾਨਕੋਟ ਤੋਂ, ਅਤੇ ਸੁਜਾਨਪੁਰ ਤੋਂ ਮਿੰਟੂ ਸ਼ਰਮਾ ਜੀ ਆ ਲੁਧਿਆਣੇ ਤੋਂ, ਅਮਨ ਐਰੀ ਜੀ ਅੰਮ੍ਰਿਤਸਰ ਤੋਂ, ਰਾਜਕੁਮਾਰ ਜੀ ਆ, ਸੁਮਿਤ ਸ਼ਾਸਤਰੀ ਜੀ ਆ, ਬਾਕੀ ਵਿਕਰਮ ਲੱਕੀ ਜੀ, ਬਾਕੀ ਸਾਰੇ ਸਾਥੀ ਜਿਹੜੇ ਆ ਉੱਥੇ ਮੇਨ ਆਏ ਆ। A South Asian Canadian channel.